आखिर उन्हां वेदां दे पाठां दे विच जां हिंदू ग्रंथां विच इहो जी किहड़ी गल सी जिहदी करके उह भारत दे मूल वासियां नूं पढ़न तों रोकदे सी, पढ़न नहीं सी देना चाहुंदे, जां जे कोई पढ़ लैंदा सी जां सुण लैंदा सी उहदी उह गल नूं अगे जाण तों रोकण लई उहदी जीभ वढ़दे सी जां उहदे कन्नां विच सिक्का ढाल के पाउंदे सी। जवाहर लाल नहरू पंडित भारत दा राष्ट्र प्रधानमंत्री रहा, इंदिरा गांधी दा प्यो सीगा, उहने जिहड़ी डिस्कवरी ऑफ इंडिया किताब लिखी है उहदे विच इह गल दर्ज वा कि रामायण जिहड़ी आ इह आरियन नसल दे दक्षणी भारत वल वधण दी कहानी है। सो पुरातन लिखतां लिखण वाले जिहड़े लोक सी ਉਹ ਆਰੀਅਨ ਨਸਲ ਦੇ ਸੀ। ਉਹਨਾਂ ਲਿਖਾਰੀਆਂ ਨੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਸਾਰੀਆਂ ਜਿਹੜੀਆਂ ਕਹਾਣੀਆਂ ਨੇ, ਗੱਲਾਂ ਬਾਤਾਂ ਨੇ, ਵਾਰਤਾਂ ਨੇ, ਉਹ ਸਾਰੀਆਂ ਇਉਂ ਲਿਖੀਆਂ ਨੇ ਕਿ ਆਰੀਅਨ ਨਸਲ ਸੱਚੀ ਸੁੱਚੀ ਮਹਾਨ ਤੇ ਕਿਰਦਾਰ ਵਾਲੀ ਲੱਗਦੀ ਆ, ਉਹਨਾਂ ਦੀ ਹਰ ਗੱਲ ਜਾਂ ਠੀਕ ਲੱਗਦੀ ਆ, ਤੇ ਜਿਹੜੇ ਭਾਰਤ ਦੇ ਅਸਲ ਵਾਸੀ ਲੋਕ ਨੇ ਉਹ ਹਰ ਕਦਮ ਉੱਤੇ ਪੜ੍ਹਨ ਵਾਲੇ ਨੂੰ ਗਲਤ ਲੱਗਦੇ। ਇਸ ਤਰੀਕੇ ਨਾਲ ਲਿਖਣ ਲਿਖਾਉਣ ਵਾਲਾ ਇਹ ਕੰਮ ਆ, ਇਹੀ ਕੰਮ ਅੱਜ ਭਾਰਤੀ ਮੀਡੀਆ ਕਰਦਾ। ਹੁਣ ਯੂਟਿਊਬ ਚੈਨਲਾਂ ਦੀ ਇੱਕ ਬੜੀ ਲੰਮੀ ਲਾਮ ਡੋਰੀ ਜਿਹੜੀ ਆ ਉਹ ਚੱਲੀ ਆ, ਉਹਦੇ ਵਿੱਚ ਇੱਕ ਤਾਂ ਚਲੋ ਸਿੱਧੇ ਹੀ ਜਿਹੜੇ ਐਂਟੀ ਸਿੱਖ ਨੇ ਉਹ ਤਾਂ ਹੈਗੇ ਹੀ ਹੈ, ਪਰ ਇੱਕ ਹੋਰ ਨੇ ਜਿਹੜੇ ਲੱਗਣ ਤਾਂ ਇਹ ਲਾ ਦਿੰਦੇ ਆ ਵੀ ਕਹਿੰਦੇ ਅਸੀਂ ਪੰਥ ਦੇ ਕੌਮ ਦੇ ਬੜੇ ਚਹੇਤੇ ਆ, ਪਰ ਉਹ ਖਾਲਿਸਤਾਨੀ ਸੰਘਰਸ਼ ਦੇ ਜਿੰਨੇ ਨਾਇਕ ਨੇ ਉਹਨਾਂ ਨੂੰ ਆਪਦੇ ਨਜ਼ਰੀਏ ਤੋਂ ਪੁੱਠੇ ਢੰਗ ਨਾਲ ਪੇਸ਼ ਕਰਦੇ ਆ, ਤੇ ਹੋਰਨਾਂ ਘੱਟ ਗਿਣਤੀਆਂ ਵਾਂਗ ਸਿੱਖ ਵੀ ਇਸ ਭਗਵੇਂ ਕੱਟੜਵਾਦ ਦਾ ਸ਼ਿਕਾਰ ਰਹੇ ਨੇ। ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿ ਕੇ, ਸਿੱਖਾਂ ਦੀ ਜਿਹੜੀ ਹੋਂਦ ਹਸਤੀ ਆ ਇਹਨੂੰ ਡਿਲੀਟ ਕਰਕੇ, ਮਲੀਨ ਕਰਕੇ, ਸਿੱਖਾਂ ਨੂੰ ਹਿੰਦੂ ਜਿਹੜਾ ਹੈ ਬ੍ਰਾਹਮਣਵਾਦ ਉਹਦੇ ਵਿੱਚ ਖਪਤਕਰਨ ਕਰਾਉਣ ਦਾ ਜਿਹੜਾ ਏਜੰਡਾ ਹੈ ਉਹਦੇ ਤਹਿਤ ਸਿੱਖਾਂ ਨੂੰ ਵੀ ਨਿਸ਼ਾਨਾ ਜਿਹੜਾ ਲਗਾਤਾਰ ਬਣਾਇਆ ਜਾ ਰਿਹਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਉਭਾਰ ਹੋਇਆ ਉਹਦੇ ਬਾਰੇ ਭਾਰਤੀ ਮੀਡੀਏ ਨੇ ਲਗਾਤਾਰ ਕੂੜ ਪ੍ਰਚਾਰ ਜਿਹੜਾ ਹੈ ਉਹ ਜਾਰੀ ਰੱਖਿਆ ਹੋਇਆ, ਤੇ ਜਦੋਂ ਇਹ ਕੂੜ ਪ੍ਰਚਾਰ ਦੀਆਂ ਖਬਰਾਂ ਸੁਣਦੇ ਕਰਦੇ ਆ ਉਦੋਂ ਦਿਲ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਆ ਵੀ ਜੇ ਕੱਲ ਕਲਾਂ ਨੂੰ ਖਾਲਿਸਤਾਨ ਹੋਂਦ ਵਿੱਚ ਆ ਜਾਵੇ ਤਾਂ ਉਸ ਮੌਕੇ ਇਹ ਜਿਹੜਾ ਭਾਰਤੀ ਮੀਡੀਆ ਵਾਲੇ ਨੇ ਜਾਂ ਜਿਹੜੇ ਚੈਨਲਾਂ ਵਾਲੇ ਆ ਜਿਹੜੇ ਅੱਜ ਉਸ ਅਫਗਾਨਿਸਤਾਨ ਦੇ ਬਾਰੇ ਆਪਦੇ ਮਨੋਂ ਹੀ ਗਪੌੜੇ ਛੱਡੀ ਜਾਂਦੇ ਆ ਤੇ ਉੱਥੇ ਦੇ ਹਾਲਾਤਾਂ ਬਾਰੇ ਤੇ ਤਾਲਿਬਾਨਾਂ ਬਾਰੇ ਜਿੰਨੀ ਮਾੜੀ ਤੋਂ ਮਾੜੀ, ਘਟੀਆ ਤੋਂ ਘਟੀਆ ਗੱਲ ਇਹ ਕਹਿ ਰਹੇ ਨੇ, ਕਹਿ ਸਕਦੇ ਆ ਵੀ ਇਹ ਉਸ ਟਾਈਮ ਜਦੋਂ ਖਾਲਿਸਤਾਨ ਬਣ ਗਿਆ ਉਦੋਂ ਖਾਲਿਸਤਾਨ ਦੇ ਹਾਲਾਤਾਂ ਬਾਰੇ, ਖਾਸ ਤੌਰ ਤੇ ਸਿੱਖਾਂ ਬਾਰੇ ਵੀ ਇਹੀ ਕੁਛ ਕਰਨਗੇ ਤੇ ਸਿੱਖਾਂ ਨੂੰ ਸਾਰੀ ਦੁਨੀਆਂ ਦੇ ਵਿੱਚੋਂ ਸਭ ਤੋਂ ਮਾੜੇ ਵੀ ਇਹ ਤਾਂ ਜੀ ਉੱਥੇ ਬਹੁਤ ਹਾਲਤ ਮਾੜੇ ਨੇ ਤੇ ਖਾਲਿਸਤਾਨ ਕਾਹਦਾ ਬਣਿਆ ਵਾ ਜੀ, ਇਹ ਤਾਂ ਜੀ ਉੱਥੇ ਸਿੱਖਾਂ ਨੇ ਤਾਂ ਢੇਰੀਆਂ ਲਾਤੀਆਂ, ਲੋਥਾਂ ਦੇ ਅੰਬਾਰ ਲਾਤੇ ਆ ਜੀ, ਇਹ ਤਾਂ ਜੀ ਅਕਲ ਹੀ ਨਹੀਂ ਹੈਗੀ ਜੀ, ਇਹ ਤਾਂ ਬੇਵਕੂਫ ਬੰਦੇ ਨੇਗੇ, ਇਹਨਾਂ ਨੂੰ ਕੋਈ ਸਮਝ ਹੀ ਨਹੀਂ ਹੈਗੀ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਇਹ ਲੋਕ ਕਰਨ ਕਰਾਉਣ ਦੇ ਆਦੀ ਨੇ। ਮੈਂ ਇਹ ਗੱਲ ਬੜੀ ਸੋਚ ਸਮਝ ਕੇ ਬੜੀ ਗੰਭੀਰਤਾ ਨਾਲ ਆਪਣੇ ਭਾਈਚਾਰੇ ਨੂੰ ਕਹਿਣੀ ਚਾਹੁੰਦਾ ਕਿ ਜਿਹੜੇ ਹਿੰਦੂਆਂ ਦੇ ਗ੍ਰੰਥ ਨੇ, ਰਮਾਇਣ, ਮਹਾਭਾਰਤ ਜਾਂ ਗੀਤਾ ਆ ਜਾਂ ਹੋਰ ਵੇਦ ਵਗੈਰਾ ਨੇ, ਇਹਨਾਂ ਦਾ ਜੇ ਵਾਰ ਵਾਰ ਤੁਸੀਂ ਅਧਿਐਨ ਕਰੋ, ਇੱਕ ਆਪਾਂ ਸਾਰਿਆਂ ਨੇ ਗੱਲ ਸੁਣੀ ਹੋਣੀ ਹੈ ਕਿ ਜੀ ਜਿਹੜੇ ਬ੍ਰਾਹਮਣ ਸੀ ਉਹ ਭਾਰਤੀ ਲੋਕਾਂ ਨੂੰ, ਭਾਰਤ ਦੇ ਮੂਲ ਵਾਸੀਆਂ ਨੂੰ ਆਪਦੇ ਜਿਹੜੇ ਗ੍ਰੰਥ ਸੀ ਉਹ ਪੜ੍ਹਨ ਨਹੀਂ ਸੀ ਦਿੰਦੇ, ਵੇਦ ਨਹੀਂ ਸੀ ਪੜ੍ਹਨ ਦਿੰਦੇ, ਵੇਦ ਨਹੀਂ ਸੀ ਸੁਣਨ ਦਿੰਦੇ, ਤੇ ਬਈ ਇਹ ਜਿਹੜੇ ਭਾਰਤ ਦੇ ਮੂਲ ਵਾਸੀ ਲੋਕ ਸੀ ਜੇ ਕਿਤੇ ਉਹਨਾਂ ਦੇ ਕੰਨ ਵਿੱਚ ਕੋਈ ਇਹੋ ਜਿਹਾ ਵੇਦਾਂ ਦਾ ਵਚਨ ਪੈ ਜਾਂਦਾ ਸੀ ਤਾਂ ਉਹਨਾਂ ਦੇ ਕੰਨਾਂ ਦੇ ਵਿੱਚ
सिक्का ढाल के पा देंदे सी भी ये कि गाहां ना दस दे किसी नूं इहदे लई उह जीव वढ देंदे सी। पहला तां चलो बीते वेले दे विच लोकां नूं समझ नहीं सी पर अज इस गल ते जरूर किसी नूं ख्याल करना चाहीदा भी आखर उन्हां वेदां दे पाठां दे विच जां हिंदू ग्रंथां विच इहो जी किहड़ी गल सी जिहदी करके वह भारत के मूल वासियां नूं पढ़न तों रोकदे सी, पढ़न नहीं सी देना चाहुंदे, जां जे कोई पढ़ लैंदा सी जां सुण लैंदा सी उहदी उह गल नूं अगे जाण तों रोकण लई उहदी जीभ वढदे सी जां उहदे कन्नां विच सिक्का ढाल के पाउंदे सी। इहदे बारे आपदे कोलों जे किसी ने उदां जबड़ियां मारनियां होण तां उहदी मौज आ, पर हकीकत इह है कि इन्हां वेदां दे विच जां पुरातन हिंदू ग्रंथां दे विच जो कुछ दर्ज वा उह है की है, उह उन्हां दी भारत विच आरीयन नसल दे आउण दी कहानी है कि किवें भारत विच आरीयन नसल ने आ के इत्थों दे असल वासियां दे उत्ते किवें उन्हां ने साम दाम दंड भेद दी नीति नाल जुल्म करके इत्थों दे असल वासियां नूं दड़ा दिता, मार दिता जां गुलाम बना लिया, ये सारा कुछ इन्हां ग्रंथां विच दर्ज वा। जवाहर लाल नहरू पंडित भारत दा राष्ट्र प्रधानमंत्री रहा, इंदिरा गांधी दा प्यो सीगा, उहने जिहड़ी डिस्कवरी ऑफ इंडिया किताब लिखी है उहदे विच ये गल दर्ज वा कि रामायण जिहड़ी आ इह आरीयन नसल दे दक्षणी भारत वल वधण दी कहानी है। सो जिहड़े पुरातन स्रोत ने उह दसदे है कि मध्य एशिया तों आरीयन नसल जिहनूं अज आपां हिंदू जां ब्राह्मण कहिंदे आ इह उठ के आए ते थां थां ते बसेबा करदे हुए कई सदियां लगियां अखीर इह भारत दी धरती उत्ते पहुंचे। इत्थे उदों सिंधू घाटी दी सभ्यता जिहड़ी आ उह हुंदी सी सिविलाइजेशन, उस सिंधू घाटी दी सभ्यता नूं इन्हां ने बर्बाद कीता ते इत्थे वसदे असल वासी जिहड़े लोग सी जिन्हां दा कुदरती कारना करके रंग काला सी उन्हां दे बारे इन्हां ने आपदियां लिखतां दे विच लिखिया कि इत्थे काले रंग दे बड़े खतरनाक लोग ने जिहड़े साडे नाल लड़दे ने। सो जिहड़े पुरातन हिंदू ग्रंथां दे विच काले रंग दे जिन्हां नूं असौर, दैंत, दानव, राक्षस जां होर भैड़े तों भैड़े नाउं दित्ते गए ने, उह असल विच भारत दे असली योधे, असली मूल वासी लोग सी जिन्हां नूं ਇਹ ਜਿਹੜੇ ਆਰੀਅਨ ਨਸਲ ਵਾਲੇ ਲੋਕ ਸੀ ਇਹਨਾਂ ਦੇ ਰੰਗ ਦੀ ਚਮੜੀ ਦਾ ਜਿਹੜਾ ਰੰਗ ਸੀ ਥੋੜਾ ਜਿਹਾ ਗੋਰਾ ਸੀ। ਇਹ ਇੱਥੇ ਜਦੋਂ ਆਏ ਤਾਂ ਕਾਲੇ ਰੰਗ ਦੇ ਲੋਕਾਂ ਨਾਲ ਇਹਨਾਂ ਦੀ ਜਿਹੜੀ ਲੜਾਈ ਹੋਈ, ਜੰਗ ਹੋਈ, ਉਹਦੇ ਵਿੱਚ ਠੱਗੀ ਟੋਰੀ ਨਾਲ, ਧੂੜ ਤੂਫਾਨ ਨਾਲ, ਛਾਲ ਕਪਟ ਨਾਲ ਜਿਵੇਂ ਇੱਥੋਂ ਦੇ ਲੋਕਾਂ ਨੂੰ ਹਰਾਇਆ, ਉਹ ਸਾਰੇ ਵੇਰਵੇ ਤੁਸੀਂ ਇਹਨਾਂ ਦੇ ਪੁਰਾਤਨ ਹਿੰਦੂ ਗ੍ਰੰਥਾਂ ਵਿੱਚੋਂ ਪੜ੍ਹ ਸਕਦੇ ਹੋ। ਗੱਲ ਸਿਰਫ ਅੱਖ ਖੋਲ ਕੇ ਰੱਖਣ ਦੀ ਆ, ਜੇ ਤਾਂ ਹਰ ਜਿਹੜੀ ਆਰੀਅਨ ਨਸਲ ਦੀ ਪਰਸਨੈਲਿਟੀ ਜਾਂ ਸ਼ਖਸੀਅਤ ਆ ਉਹਨੂੰ ਮਹਾਨ, ਉਹਨੂੰ ਦੇਵਤਾ ਤੇ ਉਹਨੂੰ ਅਲੌਕਿਕ ਸ਼ਕਤੀਆਂ ਦਾ ਸਵਾਮੀ ਮੰਨ ਕੇ ਪੜ੍ਹਾਂਗੇ ਤੇ ਭਾਰਤ ਦੇ ਅਸਲ ਵਾਸੀਆਂ ਨੂੰ ਹਰ ਪੱਖ ਤੋਂ ਨਾ ਵਾਚਕ ਮੰਨ ਕੇ ਪੜ੍ਹਾਂਗੇ, ਫਿਰ ਤਾਂ ਕੋਈ ਗੱਲ ਨਹੀਂ ਬਣਨੀ। ਫਿਰ ਤਾਂ ਜਿਹੜਾ ਕੁਛ ਬ੍ਰਾਹਮਣ ਚਾਹੁੰਦਾ ਉਵੇਂ ਦੀ ਗੱਲ ਆ। ਜਿਵੇਂ ਆਪਾਂ ਫਿਲਮ ਦੇਖਦੇ ਹਾਂ, ਫਿਲਮ ਦੇ ਵਿੱਚ ਫਿਲਮ ਦੀ ਕਹਾਣੀ ਲਿਖਣ ਵਾਲਾ ਇਸ ਤਰੀਕੇ ਨਾਲ ਕਥਾ ਸਕ੍ਰਿਪਟ ਲਿਖਦਾ ਕਿ ਕਿਹਨੂੰ ਨਾਇਕ ਬਣਾਉਣਾ ਤੇ ਕਿਹਨੂੰ ਖਲਨਾਇਕ ਦਰਸਾਉਣਾ। ਫਿਰ ਉਸ ਫਿਲਮ ਦੇ ਡਾਇਰੈਕਟਰ ਨੇ ਜਿਹੜੇ ਕਲਾਕਾਰਾਂ ਤੋਂ ਕੰਮ ਲੈਣਾ ਹੈ ਉਹ ਉਸ ਤਰੀਕੇ ਨਾਲ ਕੰਮ ਲੈਂਦਾ ਕਿ ਕਿਹਨੂੰ ਲੋਕ ਨਫ਼ਰਤ ਕਰਨ ਤੇ ਕਿਹਨੂੰ ਲੋਕ ਪਿਆਰ ਕਰਨ। ਬਿਲਕੁਲ ਇਵੇਂ ਹੀ ਪੁਰਾਤਨ ਹਿੰਦੂ ਗ੍ਰੰਥਾਂ ਦੇ ਲਿਖਣ ਵਾਲਿਆਂ ਨੇ ਲਿਖਤਾਂ ਲਿਖੀਆਂ ਹੀ ਉਹ ਨੇ ਕਿ ਆਪਾਂ ਮੱਲੋ ਮੱਲੀ ਉਹਨਾਂ ਦੇ ਵਿੱਚੋਂ ਉਹਨਾਂ ਲੋਕਾਂ ਦਾ ਸਤਿਕਾਰ ਕਰਨ ਲੱਗ ਪਈਏ ਜਿਨ੍ਹਾਂ ਦਾ ਸਤਿਕਾਰ ਕਰਾਉਣ ਦੇ ਲਈ ਉਹ ਲਿਖਤ ਲਿਖੀ ਗਈ ਹੈ ਤੇ ਅਸੀਂ ਉਹਨਾਂ ਲੋਕਾਂ ਨੂੰ ਤਿਰਸਕਾਰ ਕਰੀਏ ਜਿਨ੍ਹਾਂ ਦਾ ਤਿਰਸਕਾਰ ਕਰਵਾਉਣ ਦੇ ਲਈ ਲਿਖਾਰੀ ਨੇ ਉਹ ਲਿਖਤ ਲਿਖੀ ਹੈ।
ਸੋ ਪ੍ਰਾਤਨ ਲਿਖਤਾਂ ਲਿਖਣ ਵਾਲੇ ਜਿਹੜੇ ਲੋਕ ਸੀ ਉਹ ਆਰੀਅਨ ਨਸਲ ਦੇ ਸੀ। ਉਹਨਾਂ ਲਿਖਾਰੀਆਂ ਨੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਸਾਰੀਆਂ ਜਿਹੜੀਆਂ ਕਹਾਣੀਆਂ ਨੇ, ਗੱਲਾਂ ਬਾਤਾਂ ਨੇ, ਵਾਰਤਾ ਨੇ, ਉਹ ਸਾਰੀਆਂ ਇਉਂ ਲਿਖੀਆਂ ਨੇ ਕਿ ਆਰੀਅਨ ਨਸਲ ਸੱਚੀ ਸੁੱਚੀ ਮਹਾਨ ਤੇ ਕਿਰਦਾਰ ਵਾਲੀ ਲੱਗਦੀ ਆ, ਉਹਨਾਂ ਦੀ ਹਰ ਗੱਲ ਜਾਂ ਠੀਕ ਲੱਗਦੀ ਆ, ਤੇ ਜਿਹੜੇ ਭਾਰਤ ਦੇ ਅਸਲ ਵਾਸੀ ਲੋਕ ਨੇ ਉਹ ਹਰ ਕਦਮ ਉੱਤੇ ਪੜ੍ਹਨ ਵਾਲੇ ਨੂੰ ਗਲਤ ਲੱਗਦੇ। ਇਹ ਜਿਹੜੀਆਂ ਚੀਜ਼ਾਂ ਇਸ ਤਰੀਕੇ ਨਾਲ ਲਿਖਣ ਲਿਖਾਉਣ ਵਾਲਾ ਇਹ ਕੰਮ ਆ, ਇਹੀ ਕੰਮ ਅੱਜ ਭਾਰਤੀ ਮੀਡੀਆ ਕਰਦਾ। ਭਾਰਤੀ ਮੀਡੀਆ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਵੀ ਤੁਹਾਡੇ ਉਸ ਵਿਅਕਤੀ ਨੂੰ ਜਿਹਨੂੰ ਤੁਸੀਂ ਪਿਆਰ ਕਰਨਾ ਹੈ ਉਹਨੂੰ ਤੁਹਾਨੂੰ ਨਫ਼ਰਤ ਕਰਨ ਲਾ ਸਕਦਾ। ਭਾਰਤੀ ਮੀਡੀਆ ਕਿਸੇ ਇਹੋ ਜਿਹੀ ਸ਼ਖਸੀਅਤ ਨੂੰ ਤੁਹਾਡੇ ਤੋਂ ਬੱਲੇ ਬੱਲੇ ਕਰਵਾ ਸਕਦਾ ਹੈ ਜਿਹਨੂੰ ਅਸਲ ਵਿੱਚ ਤੁਸੀਂ ਗਲਤ ਮੰਨਣਾ ਸੀ। ਜਿਵੇਂ ਇਸ ਵੇਲੇ ਆ ਕਿ ਬਹੁਤ ਗੁੰਮਰਾਹਕੁੰਨ ਕੂੜ ਪ੍ਰਚਾਰ ਜਿਹੜਾ ਹੈ ਭਾਰਤੀ ਮੀਡੀਆ ਕਰ ਰਿਹਾ, ਇਵੇਂ ਹੀ ਅੱਜ ਤੋਂ ਸਦੀਆਂ ਪਹਿਲਾਂ ਜਦੋਂ ਗ੍ਰੰਥ ਲਿਖੇ ਗਏ ਨੇ ਉਦੋਂ ਚੈਨਲ ਨਹੀਂ ਸੀ ਹੁੰਦੇ, ਉਦੋਂ ਫਿਲਮਾਂ ਨਹੀਂ ਸੀ ਹੁੰਦੀਆਂ, ਉਦੋਂ ਆਹ ਜਿਹੜੇ ਅੱਜ ਦੇ ਸਾਧਨ ਨੇ ਇਹਨਾਂ ਦੀ ਥਾਂ ਉੱਤੇ ਇਹ ਗ੍ਰੰਥ ਹੁੰਦੇ ਸੀ। ਸੋ ਜਿਹੜੇ ਗ੍ਰੰਥ ਰਚੇ ਗਏ ਨੇ ਉਹਨਾਂ ਵਿੱਚੋਂ ਕੋਈ ਦੈਵੀ ਅਲੌਕਿਕ ਅਧਿਆਤਮਕ ਕੋਈ ਇਹੋ ਜਿਹੀ ਗੱਲ ਲੱਭਣੀ ਆ ਉਹ ਤੁਹਾਡੀ ਆਪਦੀ ਖੁਸ਼ੀ ਆ, ਪਰ ਉਹਨਾਂ ਗ੍ਰੰਥਾਂ ਦੇ ਉੱਤੇ ਜੇ ਝਾਤ ਮਾਰੋ ਤਾਂ ਤੁਹਾਨੂੰ ਇੱਕ ਸਾਫ਼ ਜਿਹੀ ਗੱਲ ਦਿਖੂਗੀ ਕਿ ਇੱਕ ਭਾਰਤ ਦੇ ਅਸਲ ਵਾਸੀ ਲੋਕ ਨੇ, ਇੱਕ ਬਾਹਰੋਂ ਆਈ ਆਰੀਅਨ ਨਸਲ ਆ। ਸੋ ਇਹ ਦੋ ਅੱਡ ਅੱਡ ਧਿਰਾਂ ਨੇ, ਦੋਨਾਂ ਦੀ ਟੱਕਰ ਆ, ਤੇ ਇਸ ਟੱਕਰ ਦੇ ਵਿੱਚ ਜਿੱਥੇ ਜਿੱਥੇ ਆਰੀਅਨ ਨਸਲ ਜਿਹੜੀ ਆ ਉਹਦੀ ਦੁਰਗਤੀ ਹੁੰਦੀ ਆ, ਜਦੋਂ ਭਾਰਤ ਦੇ ਮੂਲ ਵਾਸੀ ਯੋਧੇ ਜਿਹੜੇ ਆ ਉਸ ਆਰੀਅਨ ਨਸਲ ਦੇ ਹਿੱਤਾਂ ਦਾ ਨੁਕਸਾਨ ਕਰਦੇ ਆ ਜਾਂ ਆਪਦੇ ਹੱਕਾਂ ਲਈ ਆਪਦੇ ਹਿੱਤਾਂ ਲਈ ਜਾਇਜ਼ ਲੜਾਈ ਜਿੱਤਦੇ ਆ, ਲੜਦੇ ਆ, ਜੂਝਦੇ ਆ, ਉਹਨਾਂ ਘਟਨਾਵਾਂ ਨੂੰ ਲਿਖਣ ਵਾਲੇ ਲਿਖਾਰੀ ਨੇ ਲਿਖਿਆ ਹੀ ਇਉਂ ਆ ਕਿ ਆਪਾਂ ਨੂੰ ਲੱਗਦਾ ਕਿ ਜਿਹੜਾ ਇਹ ਕਿਰਦਾਰ ਆ ਜਿਹਦੇ ਖਿਲਾਫ ਲਿਖਿਆ ਹੋਇਆ ਵੀ ਆਪਾਂ ਇਹਨੂੰ ਨਫ਼ਰਤ ਕਰੀਏ। ਸੋ ਇਹ ਜਿਹੜੀਆਂ ਕਿਤਾਬਾਂ ਲਿਖਾਰੀਆਂ ਨੇ ਲਿਖਾਈਆਂ ਨੇ ਪੁਰਾਣੇ ਵੇਲਿਆਂ ਦੇ ਵਿੱਚ ਉਹ ਅੱਜ ਦਾ ਚੈਨਲਾਂ ਵਾਲਾ ਕੰਮ ਹੀ ਸੀ। ਜਿਵੇਂ ਹੁਣ ਚੈਨਲਾਂ ਦੇ ਮਾਲਕ ਜਿਹੜੇ ਆ ਉਹ ਪੂਰਾ ਮਿੱਥ ਕੇ ਚੱਲਦੇ ਨੇ ਕਿ ਆਪਾਂ ਆਪਣੀ ਕੌਮ ਦੇ ਜਿਹੜੇ ਸਿੱਖੀ ਲਈ ਜੂਝਦੇ ਲੋਕ ਨੇ, ਜਿਹੜੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਦੇ ਲੋਕ ਨੇ, ਇਹਨਾਂ ਨੂੰ ਦੁਨੀਆਂ ਦੇ ਵਿੱਚ ਭੰਡਣਾ ਹੈ, ਇਹਨਾਂ ਨੂੰ ਨਿੰਦਣਾ ਹੈ, ਇਸ ਤਰੀਕੇ ਨਾਲ ਪ੍ਰੋਗਰਾਮ ਕੀਤੇ ਜਾਂਦੇ ਆ। ਤੁਸੀਂ ਅਕਸਰ ਪ੍ਰੋਗਰਾਮ 6 ਜੂਨ ਦੇ ਲਾਗੇ ਦੇਖਦੇ ਹੋ ਜਿਹਦੇ ਵਿੱਚ ਇੰਦਰਾ ਗਾਂਧੀ ਨੂੰ ਜਾਂ ਭਾਰਤੀ ਹਮਲਾਵਰ ਧਿਰ ਨੂੰ ਪੂਰਾ ਮਹਾਨ ਤੇ ਪੂਰੀ ਸੂਰਬੀਰਤਾ ਵਾਲੇ ਵੈਦਿਆ ਉਹਨਾਂ ਨੂੰ ਦਿਖਾਇਆ ਜਾਂਦਾ, ਪਰ ਦੂਜੇ ਪਾਸੇ ਜਿਹੜੇ ਸਿੱਖ ਹੱਕਾਂ ਲਈ ਲੜੇ, ਸਿੱਖ ਹਿੱਤਾਂ ਲਈ ਲੜੇ ਜੁਝਾਰੂ, ਉਹਨਾਂ ਨੂੰ ਬਦਨਾਮ ਕੀਤਾ ਜਾਂਦਾ। ਹੁਣ ਯੂਟਿਊਬ ਚੈਨਲਾਂ ਦੀ ਇੱਕ ਬੜੀ ਲੰਮੀ ਲਾਮ ਡੋਰੀ ਜਿਹੜੀ ਆ ਉਹ ਚੱਲੀ ਆ, ਉਹਦੇ ਵਿੱਚ ਇੱਕ ਤਾਂ ਚਲੋ ਸਿੱਧੇ ਹੀ ਜਿਹੜੇ ਐਂਟੀ ਸਿੱਖ ਨੇ ਉਹ ਤਾਂ ਹੈਗੇ ਹੀ ਹੈ, ਪਰ ਇੱਕ ਹੋਰ ਨੇ ਜਿਹੜੇ ਲੱਗਣ ਤਾਂ ਇਹ ਲਾ ਦਿੰਦੇ ਆ ਵੀ ਕਹਿੰਦੇ ਅਸੀਂ ਪੰਥ ਦੇ ਕੌਮ ਦੇ ਬੜੇ ਚਹੇਤੇ ਆ, ਪਰ ਉਹ ਖਾਲਿਸਤਾਨੀ ਸੰਘਰਸ਼ ਦੇ ਜਿੰਨੇ ਨਾਇਕ ਨੇ ਉਹਨਾਂ ਨੂੰ ਆਪਦੇ ਨਜ਼ਰੀਏ ਤੋਂ ਪੁੱਠੇ ਢੰਗ ਨਾਲ ਪੇਸ਼ ਕਰਦੇ ਆ। ਇਹੋ ਜਿਹਾ ਬਹੁਤ ਸਾਰੇ ਚੈਨਲ ਇਸ ਵੇਲੇ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਮੋਬਾਈਲਾਂ ਦੇ ਵਿੱਚ, ਸਾਡੇ ਦਿਮਾਗ ਦੇ ਵਿੱਚ ਸਾਡੀ ਹੀ ਕੌਮ ਦੇ ਹੀਰੋ ਆ ਜਿਹੜੇ ਉਹਨਾਂ ਖਿਲਾਫ ਸਾਡੇ ਮਨਾਂ ਵਿੱਚ ਨਫ਼ਰਤ ਪੈਦਾ ਕਰਨ ਲਈ ਪੂਰੀ ਮਿਹਨਤ ਕਰ ਰਹੇ ਨੇ। ਸੋ ਇਹ ਜਿਹੜੇ ਅਟੈਕ ਹੁੰਦੇ ਆ, ਇਹ ਜਿਹੜੇ ਹਮਲੇ ਹੁੰਦੇ ਆ, ਇਹਨਾਂ ਨੂੰ ਵੀ ਸਾਨੂੰ ਸਮਝਣ ਦੀ ਲੋੜ ਹੈਗੀ ਹੈ। ਪਿਛਲੇ ਅਗਸਤ ਮਹੀਨੇ ਦੇ ਵਿੱਚ 10-15 ਅਗਸਤ ਦੇ ਨੇੜੇ ਜਦੋਂ ਇਹ ਖਬਰਾਂ ਆਉਣ ਲੱਗੀਆਂ ਬਈ ਚੱਲ ਪਿਆ ਹੈਗਾ ਜੀ ਕੰਮ, ਤਾਲਿਬਾਨ ਵਧਣਗੇ, ਮੁੜ ਕੇ ਸਾਰਾ ਜਿਹੜਾ ਟਾਈਮ ਲੰਘਿਆ ਤੇ ਪਿਛਲੇ ਮਹੀਨੇ ਦੇ ਵਿੱਚ ਅਖਬਾਰਾਂ ਦੇ ਵਿੱਚ, ਮੈਗਜ਼ੀਨਾਂ ਦੇ ਵਿੱਚ ਲਗਾਤਾਰ ਅਫਗਾਨੀਆਂ ਨੂੰ, ਤਾਲਿਬਾਨਾਂ ਨੂੰ ਭੰਡਿਆ ਗਿਆ
क्योंकि जिहड़ी हिंदू सिविलाइजेशन है इहनू इस्लामिक उभार तों बड़ा खतरा। भारत की धरती उत्ते मुसलमाना का जो घाण पिछले 10-15 साल 20 साल च कीता मोदी हिंदू कट्टरवाद ने भगवें ब्रिगेड ने इन्हां नू हुण बड़ी औख लगती आ कि कल करां नू कोई इधर भचीकड़ ना पै जाए। पहलां 20 साल पहलां जदों अमेरिका दे विच 9/11 वाला अटैक नहीं सी होया उदों पहलां कश्मीर दे विच जां भारत दे विच मुसलमाना दे नाल जिहड़ा चलदा सी टकरा उहदा रूप सरूप कुछ होर सी। पर 9/11 वाले अटैक तो बाद जदों अमेरिका ने तालिबाना दा अलकैदा दा इस्लामिक कट्टरवाद दा जां इस्लामिक उभार दा जो मर्जी अखर कह लो इहदे खिलाफ जदों वड्डी इक लामबंदी कीती है उसामा बिन लादेन दा काम होया ये सारियां गल्लां जदों वापरियां ने उस मौके उत्ते इंडियन सिस्टम जिहड़ा है वह अमेरिकन सिस्टम दा सहयोगी बन के विचरिया ते भारती मुसलमाना दे उत्ते बहुत भारी जुल्म इस दौर विच होए ते होर ना घट गिणतियां वांग सिख भी इस भगवें कट्टरवाद दा शिकार रहे ने। सिखां नूं केसाधारी हिंदू कह के सिखां दी जिहड़ी होंद हस्ती आ इहनूं डिलीट करके मलीन करके सिखां नूं हिंदू जिहड़ा है ब्राह्मणवाद उहदे विच खपतकरण कराउण दा जिहड़ा एजेंडा है ਉਹਦੇ ਤਹਿਤ ਸਿੱਖਾਂ ਨੂੰ ਵੀ ਨਿਸ਼ਾਨਾ ਜਿਹੜਾ ਲਗਾਤਾਰ ਬਣਾਇਆ ਜਾ ਰਿਹਾ। ਉਹਦੇ ਤਹਿਤ ਇੱਕ ਤਾਂ ਇਹ ਹੈ ਕਿ ਸਿੱਖਾਂ ਦੇ ਉੱਤੇ ਜ਼ੁਲਮ ਹੀ ਇੰਨਾ ਕਰੋ ਕਿ ਜਦੋਂ ਸਿੱਖੀ ਦਾ ਬ੍ਰਾਹਮਣੀਕਰਨ ਕਰੀਏ ਉਸ ਮੌਕੇ ਬਾਕੀ ਸਿੱਖ ਡਰਦੇ ਬੋਲਣ ਹੀ ਨਾ। ਇਸ ਵੇਲੇ ਸਾਡੇ ਭਾਰਤ ਵਿੱਚ ਵਸਦੇ ਹੋਏ ਬਹੁਤ ਸਾਰੇ ਸਿੱਖਾਂ ਨੂੰ ਇਹ ਬਿਮਾਰੀ ਬੜੇ ਜ਼ੋਰਦਾਰ ਤਰੀਕੇ ਨਾਲ ਚਿੰਬੜੀ ਹੋਈ ਆ। ਉਹ ਕਹਿੰਦੇ ਆ ਕਿ ਜੇ ਆਪਾਂ ਆਪਣੇ ਧਰਮ ਉੱਤੇ ਹੋਣ ਵਾਲੇ ਹਮਲਿਆਂ ਖਿਲਾਫ ਲਾਮਬੰਦੀ ਕੀਤੀ आवाज बुलंद की आपां भागवां ब्रिगेड 1984 वांगू बहुत बुरी करूगा। इस तरीके दीआं गल्लां करन वाले आपदे आप नूं बहुत सूझवान सियाणे पंथदर्दी कौम दे हितैषी कहिंदे आ। ते उह कहिंदे आ कि जिहड़े आ कैप्टन होणी बादल होणी जां जिहड़े होर सियासी प्रवान ने इह बचा सकदे आ इहनां दे राहीं आपां दिल्ली वालिआं नाल घिओ खिचड़ी हो के रहीए। राज तां किसी ने करना ही आ चाहे मोदी कर लवे चाहे कांग्रेस वाले कर लैण पंजाब विच भी जिहदा मर्जी राज रहे पर आपां पंथ जां पंजाब दे मसलियां दी कोई गल नहीं करनी। तुहाडे सामणे आ बादल दल दा वी इही एजेंडा आ कि बेशक साहिब श्री गुरु ग्रंथ साहिब जी दे पावन सरूपां दी बेअदबी भी हुंदी रहे बादल दल ने बोलना नहीं। इह उहनां दा एजेंडा इहो जिहे एजेंडे वाले दल इहो जिहे लीडर जिहड़े आ उन्हां नूं बड़े वड्डे पद्धर ते हमायती टक्कर गए ने जिहड़े कहिंदे आ कि जिहड़े खालिस्तानी जुझारू ने जां जिहड़े पंथ दी चढ़दी कला लोचदे आ इह बड़े महंगे पैंदे आ। इहनां दी गल नालों आपां नूं इह सूत्र बैठणगे भारत माता की जय कह के दिन कट लो। ते तुहाडे सामणे है कि आ जिद्दण दिल्ली दे विच जा के बादल दल ने काले कानूनां दे खिलाफ एक रोस प्रदर्शन करना चाहिया तां दिल्ली दे सड़कां दे उत्ते बैठे किसानां ने इहदा ठोकवां विरोध कीता। क्यों कीता? उह कहिंदे वी जिवें खाड़कू लहर दौरान एक तां खाड़कू योधे सी जिहड़े दिल्ली दरबार नाल टक्कर लै रहे सी इक उह कैट टोले सी जिहड़े बिलकुल पहरावे वल्लों जां गल्लां बातां वल्लों असला वी उहनां कोले बिलकुल खालिस्तानी जुझारूआं वर्गा हुंदा सी। ਇਹ ਜਿਹੜੇ ਖਾੜਕੂ ਸੀ ਉਹਨਾਂ ਦੇ ਭੇਸ ਵਿੱਚ ਇਹ ਕੈਟ ਟੋਲੇ ਉਹਨਾਂ ਖਾੜਕੂਆਂ ਦਾ ਅਕਸ ਖਰਾਬ ਕਰਨ ਵਾਲੀਆਂ ਕਰਤੂਤਾਂ ਕਰਦੇ ਸੀ। ਲੋਕਾਂ ਨੂੰ ਲੱਗਦਾ ਇਹ ਸੀਗਾ ਵੀ ਇਹ ਜਿਹੜੇ ਕੈਟ ਨੇ ਸ਼ਾਇਦ ਇਹ ਵੀ ਖਾੜਕੂ ਨੇ ਤੇ ਇਹ ਕੋਈ ਸੱਚੀਆਂ ਸਹੀ ਕਾਰਵਾਈਆਂ ਕਰਦੇ ਹੋਣਗੇ। ਪਰ ਹਕੀਕਤ ਵਿੱਚ ਕੈਟ ਟੋਲਿਆਂ ਦਾ ਕੰਮ ਖਾਲਿਸਤਾਨੀ ਜੁਝਾਰੂਆਂ ਦੇ ਖਿਲਾਫ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਪੈਦਾ ਕਰਨਾ ਸੀ। ਬਿਲਕੁਲ ਇੱਕੋ ਜਿਹੀ ਸ਼ਕਲ ਸੂਰਤ ਹੋਣ ਦੇ ਬਾਵਜੂਦ ਖਾੜਕੂਆਂ ਤੇ ਕੈਟਾਂ ਦੇ ਏਜੰਡੇ ਵੱਖੋ ਵੱਖਰੇ ਸੀ। ਇੱਕ ਦਾ ਏਜੰਡਾ ਪੰਥ ਦੀ ਚੜ੍ਹਦੀ ਕਲਾ ਲਈ ਕੌਮ ਦੇ ਦੁਸ਼ਮਣਾਂ ਨੂੰ ਮਾਰਨਾ ਹੈ, ਇੱਕ ਦਾ ਏਜੰਡਾ ਜਿਹੜਾ ਹੈਗਾ ਇੱਕ ਇਹੋ ਜਿਹੀਆਂ ਵਾਰਦਾਤਾਂ ਕਰਨਾ ਕਿ ਹਰੇਕ ਜਿਹੜਾ ਸਿੱਖ ਵਾ ਹਰੇਕ ਜਿਹੜਾ ਬੰਦਾ ਆ ਉਹ ਇਸ ਖਾਲਿਸਤਾਨੀ ਸੰਘਰਸ਼ ਦੇ ਉਲਟ ਹੋ ਜਾਵੇ। ਬਿਲਕੁਲ ਇਵੇਂ ਹੀ ਆ ਜਿਹੜੇ ਦਿੱਲੀ ਵੱਲ ਨੂੰ ਮੂੰਹ ਚੱਕ ਕੇ ਗਏ ਆ
ਬਾਦਲ ਦਲ ਦੇ ਲੀਡਰ ਇਹਨਾਂ ਸਾਰਿਆਂ ਦਾ ਵੀ ਏਜੰਡਾ ਇਹ ਗਏ ਤਾਂ ਇਹ ਵੀ ਦਿੱਲੀ ਨੂੰ ਆ ਗਏ ਕਿਸਾਨ ਸੰਘਰਸ਼ ਵਾਲੇ ਵੀ ਦਿੱਲੀ ਨੂੰ ਹੀ ਆ ਪਰ ਦੋਨਾਂ ਦੇ ਏਜੰਡਿਆਂ 'ਚ ਫਰਕ ਆ ਜਿਹੜੇ ਕਿਸਾਨ ਸੰਘਰਸ਼ ਵਾਲੇ ਨੇ ਉਹ ਤਾਂ ਉੱਥੇ ਗਏ ਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਰ ਜਿਹੜੇ ਬਾਦਲ ਦਲ ਵਾਲੇ ਨੇ ਉਹ ਕਹਿੰਦੇ ਮੁੱਖ ਤੋਂ ਇਹ ਨੇ ਕਿ ਅਸੀਂ ਕਾਲੇ ਕਾਨੂੰਨ ਰੱਦ ਕਰਾਉਣ ਆਏ ਹਾਂ ਪਰ ਉਹਨਾਂ ਦਾ ਏਜੰਡਾ ਕੁਝ ਹੋਰ ਆ ਪਹਿਲੀ ਗੱਲ ਤਾਂ ਇਹ ਆ ਕਿ ਇਹ ਕਾਲੇ ਕਾਨੂੰਨਾਂ ਦੀ ਜਿਹੜੀ ਜਿਹੜਾ ਜਿਹੜਾ ਲੋਕਾਂ ਦੇ ਗਲਾਂ 'ਚ ਸੰਗਲ ਪਿਆ ਉਹ ਪਵਾਇਆ ਤਾਂ ਇਹਨਾਂ ਨੇ ਹੀ ਆ ਬਾਦਲ ਦਲ ਵਾਲਿਆਂ ਨੇ ਇਹਨਾਂ ਦੀ ਯਾਰੀ ਸੀ ਭਾਜਪਾ ਨਾਲ ਇਹਨਾਂ ਨੇ ਜਦੋਂ ਦੇਖਿਆ ਪਹਿਲਾਂ ਤਾਂ ਸਾਰਾ ਟੱਬਰ ਲੱਗਿਆ ਹੁੰਦਾ ਸੀ ਆ ਕਿ ਜੀ ਕਾਨੂੰਨ ਬੜੇ ਵਧੀਆ ਫਿਰ ਜਦੋਂ ਦੇਖਿਆ ਕਿ ਹੁਣ ਲੋਕ ਵਿਰੋਧ ਕਰਨ ਲਈ ਇਹਦਾ ਸੰਘਰਸ਼ ਵਧੂਗਾ ਤਾਂ ਇਹਨਾਂ ਨੇ ਆਖਿਆ ਪੰਜਾਬ ਦੇ ਵਿੱਚ ਆਪਣਾ ਸੁਪਨਾ ਸਾਫ਼ ਹੋਜੂਗਾ ਬੀਜੇਪੀ ਦਾ ਪਹਿਲਾਂ ਹੀ ਲੰਘ ਮਲਾਂਗਾ ਕੰਮ ਇੱਥੇ ਪਰ ਆਪਣਾ ਕੰਮ ਇੱਥੇ ਖਤਮ ਹੋਜੂ ਆਪਾਂ ਇਹਨਾਂ ਨੇ ਫਿਰ ਉਹ ਡਰਾਮਾ ਜਿਹਾ ਕੀਤਾ ਤੇ ਲੋਕਾਂ ਨੂੰ ਭਰਮਾਉਣਾ ਚਾਹਿਆ ਪਰ ਪਹਿਲੇ ਦਿਨ ਤੋਂ ਅੱਜ ਤੱਕ ਕਿਸੇ ਇੱਕ ਵੀ ਬੰਦੇ ਨੂੰ ਯਕੀਨ ਨਹੀਂ ਹੈ ਸਾਰੇ ਕਹਿੰਦੇ ਆ ਕਿ ਇਹ ਸ਼ੋਸ਼ੇਬਾਜ਼ੀਆਂ ਕਰਦੇ ਆ ਸੋ ਇਹਨਾਂ ਦਾ ਜਿਹੜਾ ਦਿੱਲੀ ਜਾ ਕੇ ਕਾਲੇ ਕਾਨੂੰਨਾਂ ਦੇ ਖਿਲਾਫ ਇਹ ਪ੍ਰੋਗਰਾਮ ਸੀ ਉੱਥੇ ਆਉਂਦੇ ਹੋਏ ਸ਼ਰਾਬ ਦੀਆਂ ਬੋਤਲਾਂ ਤੇ ਆਉਂਦੇ ਹੋਏ ਜੋ ਕੁਝ ਇਹਨਾਂ ਨੇ ਕੀਤਾ ਤਾਂ ਥਾਂ ਥਾਂ ਤੇ ਲੋਕਾਂ ਨੇ ਘੇਰ ਕੇ ਇਹਨਾਂ ਦੀ ਬੇਇੱਜ਼ਤੀ ਕੀਤੀ ਔਰ ਇਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਬਹੁਤ ਲਾਹਣਤਾਂ ਪਈਆਂ ਔਰ ਇੰਨਾ ਜ਼ਿਆਦੀ ਇਹਨਾਂ ਦੀ ਭੰਡੀ ਹੋਈ ਕਿ ਹੁਣ ਹਫੜੇ ਹੋਇਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਜਿਹਦੇ 'ਚ ਚੰਦੂ ਮਾਜਰਾ ਬੋਲ ਰਿਹਾ ਸੀਗਾ ਕਿ ਆਹ ਲੋਕਾਂ ਨੇ ਜੀ ਸਾਡੇ ਐਂ ਕੀਤਾ ਉਹ ਕੀਤਾ ਉੱਧਰੋਂ ਕਿਸਾਨ ਸੰਘਰਸ਼ ਵਾਲਿਆਂ ਨੇ ਕਿਹਾ ਕਿ ਸਾਡੇ ਕੋਲੇ ਹੋਰ ਵੀ ਬਹੁਤ ਕੁਛ ਆ ਤੁਹਾਡਾ ਤੁਸੀਂ ਆਪਦਾ ਮੂੰਹ ਕਾਲਾ ਨਾ ਕਰਾਓ ਸਾਰਾ ਕੁਛ ਨੰਗਾ ਕਰ ਦਿਆਂਗੇ ਗੱਲ ਉਹੀ ਆ ਜਿਹੜੀ ਆਪਣੇ ਖਾਲਿਸਤਾਨੀ ਖਾੜਕੂ ਸੰਘਰਸ਼ ਮੌਕੇ ਸੀ ਕਿ ਜਿਹੜੇ ਕੈਟ ਟੋਲੇ ਸੀ ਉਹਨਾਂ ਦੀਆਂ ਕਾਰਵਾਈਆਂ ਦੇ ਨਾਲ ਸੰਘਰਸ਼ ਨੂੰ ਸੱਟ ਵੱਜਦੀ ਸੀ ਇਵੇਂ ਹੀ ਕਿਸਾਨ ਸੰਘਰਸ਼ ਵਾਲੇ ਹੁਣ ਪਿੱਟਦੇ ਆ ਕਿ ਸਾਡੇ ਸੰਘਰਸ਼ ਨੂੰ ਤੁਹਾਡੀਆਂ ਕਰਤੂਤਾਂ ਨਾਲ ਸੱਟ ਵੱਜਦੀ ਹੈ ਤੁਸੀਂ ਤਾਂ ਇਹਦੇ ਵਿੱਚੋਂ ਸਿਆਸਤ ਭਾਲਦੇ ਫਿਰਦੇ ਹੋ ਕਿ ਅਸੀਂ ਲੋਕਾਂ ਨੂੰ ਭਰਮਾ ਸਕੀਏ ਕਿ ਵੋਟਾਂ ਸਾਨੂੰ ਪਾ ਦਿਓ ਅਸੀਂ ਤਾਂ ਜੀ ਦੇਖੋ ਬੜਾ ਉੱਥੇ ਇਹਦਾ ਵਿਰੋਧ ਕੀਤਾ ਇਹ ਵਿਰੋਧ ਬਰਾਤ ਸਾਲਾ ਸਾਰਾ ਜਿਹੜਾ ਹੈ ਉਹ ਬਖਤੀ ਆ ਉਹ ਇੱਕ ਡਰਾਮੇ ਸ਼ੋਸ਼ੇਬਾਜ਼ੀ ਹੈ ਸੋ ਜਿਵੇਂ ਇਹ ਸਾਰਾ ਚੱਲ ਰਿਹਾ ਇਵੇਂ ਹੀ ਜਿਹੜਾ ਮੀਡੀਆ ਦੇ ਰਾਹੀਂ ਪ੍ਰਭਾਵ ਪਾਉਣਾ ਤੁਸੀਂ ਕਦੇ PTC ਚੈਨਲ ਦੇਖੋ ਉਹਦੇ ਉੱਤੇ ਸਾਰੀ ਦੁਨੀਆ ਝੂਠੀ ਆ ਤੇ ਬਾਦਲ ਦਲ ਇਕੱਲਾ ਸੱਚਾ ਹਰ ਮੌਕੇ ਉਹਦੇ ਵਿੱਚ ਇਹੋ ਜਿਹੀਆਂ ਖਬਰਾਂ ਇਹੋ ਜਿਹੇ ਤਰੀਕੇ ਨਾਲ ਪੇਸ਼ ਕੀਤੀਆਂ ਜਾਂਦੀਆਂ ਨੇ ਜਿਵੇਂ ਸਾਰੀ ਦੁਨੀਆ ਜਿਹੜੀ ਆ ਝੂਠਿਆਂ ਦੀ ਆ ਤੇ ਇਕੱਲਾ ਬਾਦਲ ਪਰਿਵਾਰ ਸਹੀ ਤੇ ਸੱਚਾ ਹੈਗਾ ਇਵੇਂ ਅੱਜ ਚੈਨਲ ਜਿਹੜੇ ਆ ਜਿਵੇਂ PTC ਬਾਦਲ ਦਲ ਵਾਲਿਆਂ ਨੇ ਖੋਲਿਆ ਇੱਕ ਇਹਨਾਂ ਨੇ ਡੇਲੀ ਪੋਸਟ ਪੰਜਾਬੀ ਵੀ ਚਲਾਇਆ ਇਵੇਂ ਹੀ ਮੋਦੀ ਸਰਕਾਰ ਨੇ ਚੈਨਲ ਚਲਾਏ ਨੇ ਇਹ ਜਿਹੜਾ ਭਾਰਤੀ ਮੀਡੀਆ ਇਹ ਕਿਸੇ ਨਾ ਕਿਸੇ ਦੇ ਹੱਥ 'ਚ ਹੁੰਦਾ ਹਰੇਕ ਚੈਨਲ ਜਿਹੜਾ ਪੈਸੇ ਲਾਉਂਦਾ ਉਹਦੀ ਉਹ ਬੋਲੀ ਬੋਲਦਾ ਤੇ ਸੱਚ ਜਿਹੜਾ ਹੈ ਉਹ ਕਿਤੇ ਲੱਭਦਾ ਨਹੀਂ ਉਹਦੀ ਥਾਂ ਦੇ ਉੱਤੇ ਝੂਠ ਆ ਜਿਹੜਾ ਉਹਨੂੰ ਲੋਕਾਂ 'ਚ ਪਰੋਸਿਆ ਜਾਂਦਾ ਸੋ ਭਾਰਤੀ ਮੀਡੀਆ ਉੱਤੇ ਯਕੀਨ ਕਰਕੇ ਆਪਦੇ ਆਪ ਨੂੰ ਧੋਖੇ 'ਚ ਫਸਾਉਣ ਵਾਲੀ ਗੱਲ ਹੈ ਪਿਛਲੇ ਦਿਨਾਂ 'ਚ ਜਦੋਂ ਤੋਂ ਤਾਲਿਬਾਨ ਵਾਲਾ ਕੰਮ ਚੱਲਿਆ ਅਖਬਾਰਾਂ 'ਚ ਮੀਡੀਆ ਦੇ ਵਿੱਚ ਬਹੁਤ ਕੂੜ ਪ੍ਰਚਾਰ ਆ ਰਿਹਾ ਤੇ ਖਬਰਾਂ ਬੜੀਆਂ ਹਾਸੋਹੀਣੀਆਂ ਨੇ ਕਦੇ ਕਹਿ ਦਿੰਦੇ ਆ ਜੀ ਜਿਹੜੇ ਉੱਥੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਾਂ ਹੋਰ ਅਹੁਦੇਦਾਰ ਬਣਾਏ ਜਾ ਰਹੇ ਨੇ ਉਹ ਤਾਂ ਜੀ ਫਲਾਨਾ ਪ੍ਰਧਾਨ ਮੰਤਰੀ ਬਣਾਇਆ ਜਾ ਰਿਹਾ ਉਹਨੇ ਤਾਂ ਜੀ ਬੁੱਧ ਦੀਆਂ ਮੂਰਤੀਆਂ ਉਡਾਤੀਆਂ ਸੀਗੀਆਂ ਬਾਮਿਆਂ ਪ੍ਰਾਂਤ ਦੇ ਵਿੱਚ 2001 ਦੇ ਵਿੱਚ ਤੇ ਉਹਨੂੰ ਜੀ ਹੁਣ ਇਹ ਪ੍ਰਧਾਨ ਮੰਤਰੀ ਬਣਾਉਣ ਨੂੰ ਫਿਰਦੇ ਆ ਕਦੇ ਕਹਿ ਦਿੰਦੇ ਆ ਬਈ ਜਿਹੜੀ ਕੈਬਨਿਟ ਬਣਾਉਣ ਲੱਗੇ ਆ ਜੀ ਤਾਲਿਬਾਨ ਉਹ ਜਿਹੜੇ ਉੱਚੇ ਅਹੁਦਿਆਂ ਤੇ ਬੈਠੇ ਨੇ ਇਹ ਸਾਰੇ ਤਾਂ ਉਹ ਨੇ ਜਿਹੜੇ ਪਹਿਲਾਂ ਟੈਰੋਰਿਸਟ ਜਾਂ ਕਾਲੀ ਸੂਚੀ ਵਿੱਚ ਜਿਹੜੇ ਦਰਜ ਰਹੇ ਨੇ ਹੁਣ ਇਹ ਗੱਲ ਤਾਂ ਪੱਕੀ ਹੈ ਕਿ ਜਿਹੜੀ ਦੁਨੀਆ ਭਰ ਦੇ ਵਿੱਚ ਕਿਸੇ ਕੌਮ ਦੇ ਜਾਂ ਕਿਸੇ ਮੁਲਕ ਦੇ ਜਾਂ ਕਿਸੇ ਧਿਰ ਦੇ ਨਾਇਕ ਹੁੰਦੇ ਆ ਉਹ ਦੁਸ਼ਮਣ ਧਿਰ ਦੇ ਖਲਨਾਇਕ ਹੁੰਦੇ ਆ ਜਿਹੜੇ ਲੋਕਾਂ ਨੂੰ ਭਾਰਤੀ ਮੀਡੀਆ ਭਾਰਤੀ ਸਿਸਟਮ ਜਿਨ੍ਹਾਂ ਸਿੱਖਾਂ ਨੂੰ ਅੱਤਵਾਦੀ ਕਹਿੰਦਾ ਉਹ ਸਾਡੀ ਸਿੱਖ ਕੌਮ ਦੇ ਜੁਝਾਰੂ ਜਰਨੈਲ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਭਾਰਤੀ ਹਾਕਮਾਂ ਲਈ ਭਾਰਤੀ ਮੀਡੀਆ ਲਈ ਭਾਰਤੀ ਹਕੂਮਤੀ ਸਿਸਟਮ ਲਈ ਇੰਦਰਾ ਗਾਂਧੀ ਮੁੱਖ ਮੰਤਰੀ ਬੇਅੰਤ ਸਿੰਘ KPS ਗਿੱਲ ਤੇ ਹੋਰ ਇਹੋ ਜਿਹੇ ਸਾਰੇ ਲੋਕ ਵੈਦਿਆ ਵਰਗੇ ਇਹ ਉਹਨਾਂ ਦੇ ਨਾਇਕ ਨੇ
ਤੇ ਸਿੱਖਾਂ ਦੇ ਨਾਇਕ ਕੌਣ ਨੇ? ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਭਾਈ ਕੇਹਰ ਸਿੰਘ ਜੀ, ਭਾਈ ਜਸਵੰਤ ਸਿੰਘ ਖਾਲੜਾ ਜੀ, ਭਾਈ ਦਿਲਾਵਰ ਸਿੰਘ ਜੀ, ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਜਿਹੜਾ ਧਿਓੜਾ, ਤੇ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਲਖਵਿੰਦਰ ਸਿੰਘ ਨਾਰੰਗਾਲ, ਭਾਈ ਸ਼ਮਸ਼ੇਰ ਸਿੰਘ ਕਮਰਪੁਰ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਜਨਰਲ ਲਾਭ ਸਿੰਘ, ਭਾਈ ਕਮਰਜੀਤ ਸਿੰਘ ਸੁਲਤਾਨ ਵਿੰਡ, ਤੇ ਭਾਈ ਮਨਵੀਰ ਸਿੰਘ ਚਹੇੜੂ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਤਲਵਿੰਦਰ ਸਿੰਘ ਬੱਬਰ, ਭਾਈ ਵਧਾਵਾ ਸਿੰਘ ਬੱਬਰ, ਤੇ ਇਵੇਂ ਹੀ ਭਾਈ ਸੁਖਵਿੰਦਰ ਸਿੰਘ ਸੰਘਾ, ਬਾਬਾ ਗਵਚਨ ਸਿੰਘ ਮਾਨੋ ਚਾਹਲ। ਉਹ ਜਿਹੜੇ ਸਿੱਖ ਕੌਮ ਦੇ ਨਾਇਕ ਨੇ, ਉਹ ਭਾਰਤੀ ਹਾਕਮਾਂ ਲਈ ਜਾਂ ਭਾਰਤੀ ਲੋਕਾਂ ਲਈ ਖਲਨਾਇਕ ਹੋਣਗੇ। ਉਹ ਭਾਈ ਜੇਕਰ ਕੱਲ੍ਹ ਕਲਾਂ ਨੂੰ ਖਾਲਿਸਤਾਨ ਬਣ ਜਾਵੇ, ਉਦੋਂ ਜਿਹਨਾਂ ਲੋਕਾਂ ਨੂੰ ਇਸ ਵੇਲੇ ਭਾਰਤੀ ਮੀਡੀਆ ਭੰਡ ਰਿਹਾ, ਉਹ ਸਾਡੇ ਉਹ ਬਣਨ ਵਾਲੀ ਖਾਲਿਸਤਾਨ ਦੀ ਸਰਕਾਰ ਦੇ ਵਿੱਚ ਜਾਂ ਵੱਡੀਆਂ ਜਿਹੜੀਆਂ ਸਾਡੀਆਂ ਅਹੁਦੇਦਾਰੀਆਂ ਹੋਣਗੀਆਂ, ਉੱਥੇ ਉਹਨਾਂ ਨੂੰ ਬਰਾਜਮਾਨ ਕਰਨ ਕਰਾਉਣ ਦੀ ਜਦੋਂ ਗੱਲ ਚੱਲੂਗੀ, ਤਾਂ ਜਿਵੇਂ ਅੱਜ ਤਾਲਿਬਾਨਾਂ ਨੂੰ ਭੰਡਿਆ ਜਾ ਰਿਹਾ ਕਿ ਲਓ ਜੀ ਉਹ ਤਾਂ ਕਾਲੀ ਸੂਚੀ 'ਚ ਰਹੇ ਆ, ਇਹ ਭਾਈ ਕਾਲੀਆਂ ਸੂਚੀਆਂ ਜਿਹੜੀਆਂ ਨੇ ਸੂਚੀਆਂ, ਉਹ ਮਿੰਟੋ ਮਿੰਟੀ ਚਿੱਟੀਆਂ ਹੋ ਜਾਂਦੀਆਂ ਨੇ ਜਦੋਂ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜਾ ਹੈਗਾ ਨਿਸ਼ਾਨਾ ਉਹ ਪੂਰਾ ਹੋ ਜਾਂਦਾ, ਜਦੋਂ ਕਿਸੇ ਕੌਮ ਨੂੰ ਕਿਸੇ ਲੋਕਾਂ ਦੇ ਸਮੂਹ ਨੂੰ ਆਜ਼ਾਦੀ ਮਿਲ ਜਾਂਦੀ ਹੈ। ਸੋ ਅੱਜ ਤਾਲਿਬਾਨਾਂ ਦੇ ਬਹਾਨੇ ਜੋ ਕੁਝ ਤਾਲਿਬਾਨਾਂ ਦੇ ਬਾਰੇ ਭੰਡਿਆ ਜਾ ਰਿਹਾ, ਨਿੰਦਿਆ ਜਾ ਰਿਹਾ, ਮੈਂ ਆਪਣੀ ਕੌਮ ਨੂੰ ਬੇਨਤੀ ਕਰਦਾ ਵੀ ਆ ਜਿਹੜੇ ਪੁਰਾਤਨ ਗ੍ਰੰਥ ਨੇ, ਜਿਵੇਂ ਉਹਨਾਂ ਦੇ ਵਿੱਚ ਪਹਿਲਾਂ ਭਾਰਤ ਦੇ ਮੂਲ ਵਾਸੀਆਂ ਨੂੰ ਭੰਡਿਆ ਗਿਆ, ਅੱਜ ਤਾਲਿਬਾਨਾਂ ਨੂੰ ਭੰਡਿਆ ਜਾ ਰਿਹਾ, ਕੱਲ੍ਹ ਕਲਾਂ ਨੂੰ ਜਦੋਂ ਖਾਲਿਸਤਾਨੀ ਸੰਘਰਸ਼ ਕਾਮਯਾਬ ਹੋ ਗਿਆ, ਉਦੋਂ ਆਹੀ ਕੂੜ ਪ੍ਰਚਾਰ ਜਿਹੜਾ ਹੈ ਇਹ ਉਦੋਂ ਭਾਰਤੀ ਮੀਡੀਆ ਨੇ ਖਾਲਿਸਤਾਨੀਆਂ ਬਾਰੇ ਸਿੱਖਾਂ ਬਾਰੇ ਵੀ ਕਰਨਾ। ਬੜੀਆਂ ਹਾਸੋ ਜਿਹੜੀਆਂ ਖਬਰਾਂ ਨੇ, ਇੱਕ ਖਬਰ ਸੀ ਇੱਕ ਦਿਨ ਭਾਰਤੀ ਮੀਡੀਆ ਦੇ ਵਿੱਚ ਕਿ ਤਾਲਿਬਾਨ ਨੇ ਇੱਕ ਇਹੋ ਜਿਹੇ ਕੈਦੀ ਨੂੰ ਕਾਬਲ ਜੇਲ੍ਹ ਦਾ ਇੰਚਾਰਜ ਲਾਇਆ ਜਿਹੜਾ ਕਿਸੇ ਵੇਲੇ ਇਸੇ ਜੇਲ੍ਹ 'ਚ ਬੰਦ ਸੀ। ਤਾਲਿਬਾਨਾਂ ਵੱਲੋਂ ਰਾਜਧਾਨੀ ਦੀ ਪੋਲ ਇਹ ਚਰਖੀ ਜੇਲ੍ਹ ਦੇ ਸਾਰੇ ਕੈਦੀਆਂ ਨੂੰ ਰਿਹਾ ਕਰ ਦਿੱਤਾ ਗਿਆ, ਤੇ ਅਫਗਾਨਿਸਤਾਨ ਦੀਆਂ ਜਿਹੜੀਆਂ ਜੇਲ੍ਹਾਂ ਨੇ ਕਹਿੰਦੇ ਸਾਰੀਆਂ ਉਜਾੜ ਹੋ ਚੁੱਕੀਆਂ ਨੇ, ਤੇ ਇਹ ਜਿਹੜਾ ਜੇਲ੍ਹ ਦਾ ਹੁਣ ਇੰਚਾਰਜ ਵਾ ਵੀ ਹੁਣ ਉਹ ਬੰਦਾ ਵਾ ਜਿਹੜਾ ਕਿਸੇ ਵੇਲੇ ਇਸ ਜੇਲ੍ਹ 'ਚ ਬੰਦ ਸੀ। ਹੁਣ ਗੱਲ ਇਹ ਹੈ, ਜਿਵੇਂ ਸਾਡੀ ਸਿੱਖ ਕੌਮ ਦੇ ਹੀਰੋ ਆ ਜਿਹੜੇ ਬੜੈਲ ਜੇਲ੍ਹ 'ਚ ਬੰਦ ਨੇ ਜਾਂ ਨਾਭੇ ਜੇਲ੍ਹ 'ਚ ਬੰਦ ਨੇ, ਅੰਮ੍ਰਿਤਸਰ ਸਿਕਿਉਰਿਟੀ ਜੇਲ੍ਹ ਆ, ਲੁਧਿਆਣੇ ਆ, ਕਪੂਰਥਲੇ ਆ, ਤੇ ਜੇ ਕਿਤੇ ਖਾਲਿਸਤਾਨ ਬਣ ਗਿਆ ਤੇ ਸਾਡੇ ਇਹਨਾਂ ਜੁਝਾਰੂਆਂ ਦੇ ਵਿੱਚੋਂ ਜਿਹਨਾਂ ਨੂੰ ਅਸੀਂ ਉਦੋਂ ਬਾਹਰ ਕੱਢਿਆ ਹੋਊ ਜਦੋਂ ਅਸੀਂ ਜੇਲ੍ਹ ਦਾ ਇੰਚਾਰਜ ਲਾਵਾਂਗੇ, ਉਦੋਂ ਫਿਰ ਆਹੀ ਚੀਕਾਂ ਜਿਹੜੀਆਂ ਨੇ ਜਿਹੜੀਆਂ ਹੁਣ ਤਾਲਿਬਾਨਾਂ ਬਾਰੇ ਮਾਰ ਰਹੇ ਨੇ ਇਹੀ ਉਦੋਂ ਮਾਰਨੀਆਂ ਨੇ ਇਹਨਾਂ। ਕਦੇ ਜਿਹੜਾ ਭਾਰਤ ਦਾ ਮੀਡੀਆ ਹੋਊ ਉਹ ਖਾਲਿਸਤਾਨ ਦੇ ਰਾਸ਼ਟਰਪਤੀ ਨੂੰ, ਖਾਲਿਸਤਾਨ ਦੇ ਪ੍ਰਧਾਨ ਮੰਤਰੀ, ਜਿਹੜਾ ਵੀ ਸਿਸਟਮ ਹੋਊ ਉਹਨੂੰ ਭੰਡੂਗਾ। ਇਹ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ ਨੇ, ਮੈਂ ਕਿਉਂ ਇਹ ਛੇੜੀਆਂ ਨੇ, ਇਸ ਕਰਕੇ ਕਿ ਸਾਡਾ ਭਾਈਚਾਰਾ ਜਿਹੜਾ ਹੈਗਾ, ਸਾਨੂੰ ਇੱਕ ਬੜਾ ਕਮਲ ਕਦੇ ਕਦੇ ਘੁੱਟਦੇ ਹਾਂ ਅਸੀਂ ਕਿ ਜੀ ਮੈਂ ਅਖਬਾਰ ਤੇ ਪੜ੍ਹਿਆ, ਮੈਂ ਜੀ ਟੈਲੀਵਿਜ਼ਨ ਤੇ ਦੇਖਿਆ। ਇਹ ਜਿਹੜੀ ਬਿਮਾਰੀ ਆ ਵੀ ਅਖਬਾਰ ਤੇ ਪੜ੍ਹਿਆ ਟੈਲੀਵਿਜ਼ਨ ਚ ਦੇਖਿਆ, ਇਹ ਬਹੁਤ ਖਤਰਨਾਕ ਆ। ਇਹ ਅਖਬਾਰਾਂ ਤੇ ਚੈਨਲ ਕੌਣ ਖਬਰਾਂ ਬਣਾਉਂਦਾ ਜੀ? ਇਹ ਭਾਰਤੀ ਉਹ ਲੋਕ ਖਬਰਾਂ ਬਣਾਉਂਦੇ ਆ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਨੇ। ਉਹ ਕਿਉਂ ਕਿਸੇ ਇਹੋ ਜਿਹੇ ਸਿੱਖ ਨੂੰ ਵਡਿਆਉਣਗੇ ਜਿਹੜਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਦਾ? ਉਹ ਕਿਉਂ ਕਿਸੇ ਇਹੋ ਜਿਹੇ ਫਨੋਮਨੇ ਦੀ, ਕਿਸੇ ਇਹੋ ਜਿਹੇ ਘਟਨਾ ਕਰਮ ਦੀ ਵਡਿਆਈ ਕਰਨਗੇ ਜਿਹਦੇ ਨਾਲ ਪੰਥ ਦੀ ਚੜ੍ਹਦੀ ਕਲਾ ਹੁੰਦੀ ਹੋ? ਉਹ ਤਾਂ ਉਹ ਸਾਰਾ ਕੁਛ ਭੰਡਣਗੇ, ਉਹ ਲੋਕਾਂ ਦੇ ਮਨਾਂ 'ਚ ਉਹਨਾਂ ਵਿਅਕਤੀਆਂ, ਉਹਨਾਂ ਘਟਨਾਵਾਂ, ਉਹਨਾਂ ਵਰਤਾਰਿਆਂ ਨੂੰ ਨਾਂਵਾਚਕ ਰੂਪ 'ਚ ਪੇਸ਼ ਕਰਨਗੇ ਜਿਨ੍ਹਾਂ ਨਾਲ ਸਿੱਖਾਂ ਦੀ ਚੜ੍ਹਦੀ ਕਲਾ ਹੁੰਦੀ। ਸੋ ਭਾਰਤੀ ਮੀਡੀਆ ਦੇ ਉੱਤੇ, ਭਾਰਤੀ ਚੈਨਲਾਂ ਦੇ ਉੱਤੇ ਅੰਨੇਵਾਹ ਯਕੀਨ ਕਰਨ ਵਾਲੇ ਬੰਦੇ ਨੂੰ ਕਿਸੇ ਦੁਸ਼ਮਣ ਦੀ ਲੋੜ ਨਹੀਂ ਹੈ, ਉਹ ਆਪਦੀ ਕੌਮ ਦੇ ਖਿਲਾਫ ਆਪ ਹੀ ਭੁਗਤ ਜਾਏ। ਆ ਜਿੰਨੇ ਅੱਜ ਕੱਲ੍ਹ ਦੋ ਤਰ੍ਹਾਂ ਦੇ ਸਿੱਖ ਹੁੰਦੇ ਆ ਮੇਰੀ ਨਜ਼ਰ 'ਚ, ਇੱਕ ਮਾਤਾ ਦਾ ਮਾਲ ਜਿਹੜੇ ਭਾਰਤ ਮਾਤਾ ਕੀ ਜੈ ਵਾਲੇ ਆ, ਇੱਕ ਕਲਗੀਧਰ ਦੇ ਲਾਲ।
ਤੇ ਜਿੰਨਾ ਸਿੱਖ ਭਾਰਤ ਮਾਤਾ ਕੀ ਜੈ ਵਾਲਾ ਆ, ਜਿਹੜੇ ਤਿਰੰਗੇ ਝੰਡੇ ਨੂੰ ਸਲਾਮੀਆਂ ਦਿੰਦੇ ਆ, ਜਿਹੜੇ ਭਾਰਤੀ ਰਾਸ਼ਟਰਵਾਦ ਦਾ ਭੂਤ ਭੰਗੜਾ ਪਾਉਂਦੇ ਆ, ਜਿਹੜੇ ਲੋਕ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਨੂੰ ਭਰਾ ਮੰਨ ਕੇ ਜੱਫੀਆਂ ਪਾਉਂਦੇ ਫਿਰਦੇ ਆ, ਇਹ ਜਿਹੜੇ ਲੋਕ ਨੇ, ਇਹ ਜਿਹੜੀਆਂ ਗੱਲਾਂ ਬਾਤਾਂ ਕਰਦੇ ਕਰਾਉਂਦੇ ਆ, ਸਿੱਖੀ ਅਤੇ ਸਿੱਖ ਹਿੱਤਾਂ ਦੇ ਉਲਟ ਭੁਗਤਦੇ ਆ, ਪੰਥਕ ਸੰਘਰਸ਼ ਦੇ ਉਲਟ ਭੁਗਤਦੇ ਆ, ਇਹ ਕਿਵੇਂ ਏਦਾਂ ਦੇ ਬਣ ਗਏ? ਅਸੀਂ ਵੀ ਇੰਨਾ ਹੀ ਘਰਾਂ ਚ ਜੰਮੇ ਪਲੇ ਆ, ਅਸੀਂ ਵੀ ਇਹੀ ਅਖਬਾਰ ਪੜ੍ਹਦੇ ਹਾਂ, ਇਹੀ ਕਿਤਾਬਾਂ ਦੇਖਦੇ ਹਾਂ, ਇਹੀ ਚੈਨਲ ਪੜ੍ਹਦੇ ਦੇਖਦੇ ਹਾਂ, ਅਸੀਂ ਇਹਨਾਂ ਵਾਂਗੂ ਕਿਉਂ ਨੀ ਹੋ ਗਏ? ਇਹੋ ਜਿਹੇ ਕਿਉਂ ਬਣੇ? ਕਿਉਂਕਿ ਇਹਨਾਂ ਦੇ ਉੱਤੇ ਭਾਰਤੀ ਰਾਸ਼ਟਰਵਾਦ ਦੀ ਭੂਤ ਚੜੀ ਹੋਈ, ਉਹ ਇਹਨਾਂ ਨੂੰ ਲੱਗਣ ਲਾ ਦਿੰਦੀ ਆ ਕਿ ਜਿਹੜੇ ਪੰਥ ਪ੍ਰਸਤ ਲੋਕ ਨੇ ਉਹਨਾਂ ਨੂੰ ਭਾਗਲ ਨਹੀਂ, ਆਹ ਜਿਹੜੇ ਘੋਣ ਮੌਂਝੇ ਰੋਡੇ ਜੇ ਹਿੰਦੀ ਤੇ ਅੰਗਰੇਜ਼ੀ ਚ ਬੋਲਦੇ ਆ ਨਾ, ਇਹ ਬਹੁਤ ਵਧੀਆ, ਇਹਨਾਂ ਦੀ ਤਾਂ ਜੀ ਬੋਲੀ ਬੜੀ ਦੇਸੀ ਆ ਭਾਈ, ਜੇ ਆਹੀ ਗੱਲਾਂ ਅੰਗਰੇਜ਼ੀ ਚ ਕਹਿ ਦਈਏ ਜਾਂ ਹਿੰਦੀ ਚ ਕਹਿ ਦਈਏ ਫਿਰ ਇਹ ਸੱਚੀਆਂ ਹੋ ਜਾਣਗੀਆਂ। ਹੁਣ ਅਸੀਂ ਆਪਦੇ ਭਾਈਚਾਰੇ ਨੂੰ ਆਪਦੀ ਬੋਲੀ ਦੇ ਵਿੱਚ ਇਹ ਗੱਲ, ਕਿਉਂਕਿ ਸਾਡਾ ਭਾਈਚਾਰਾ ਜਿਹੋ ਜਿਹੀ ਬੋਲੀ ਚ ਸਮਝ ਸਕਦਾ, ਅਸੀਂ ਉਸ ਬੋਲੀ ਚ ਗੱਲ ਕਰਦੇ ਚੰਗੇ ਲੱਗਦੇ, ਉਹ ਸਾਨੂੰ ਸਾਡੇ ਭਾਈਚਾਰੇ ਨੂੰ ਇਹ ਗੱਲ ਦੱਸਣ ਦੇ ਲਈ ਬੜੀ ਮਿਹਨਤ ਦੀ ਲੋੜ ਹੈ ਕਿ ਭਾਈ ਆ ਜਿਹੜੇ ਚੈਨਲ ਨੇ ਜਾਂ ਜਿਹੜੇ ਪੁਰਾਤਨ ਗ੍ਰੰਥ ਨੇ ਜਾਂ ਜਿਹੜਾ ਕੁਛ ਸਾਡੇ ਨਾਲ ਕੀਤਾ ਜਾ ਰਿਹਾ ਕੀਤਾ ਜਾ ਸਕਦਾ, ਉਹਦੇ ਬਾਰੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹਦਾ ਮੀਡੀਆ ਅੱਧੀ ਲੜਾਈ ਤਾਂ ਉਹ ਉਈ ਜਿੱਤ ਜਾਂਦਾ। ਮੀਡੀਆ ਤੋਂ ਤੁਸੀਂ ਸਿੱਖਣਾ ਨਾ ਕਿ ਤੁਹਾਡਾ ਦੋਸਤ ਕੌਣ ਆ, ਤੁਹਾਡਾ ਦੁਸ਼ਮਣ ਕੌਣ, ਤੇ ਭਾਰਤੀ ਮੀਡੀਆ ਤੁਹਾਨੂੰ ਕੀ ਬਣਾਉਂਦਾ ਤੁਹਾਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਕਿ ਤੁਸੀਂ ਕੀ ਬਣ ਜਾਂਦੇ ਹੋ, ਆਪਦੀ ਹੀ ਕੌਮ ਦੇ ਦੁਸ਼ਮਣ। ਇਸ ਵੇਲੇ ਵੱਡੀ ਗਿਣਤੀ ਵਿੱਚ ਇਹੋ ਜਿਹੇ ਸਿੱਖਾਂ ਦੀ ਸਾਰੇ ਸਮਾਜ ਵਿੱਚ ਤੂਤੀ ਬੋਲਦੀ ਹੈ, ਸ਼੍ਰੋਮਣੀ ਅਕਾਲੀ ਦਲ, ਬਾਦਲ, ਕਾਂਗਰਸ, ਭਾਜਪਾ ਜਾਂ ਭਾਰਤੀ ਜਿੰਨੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਨੇ, ਇਹਨਾਂ ਨਾਲ ਸੰਬੰਧਿਤ ਸਿੱਖਾਂ ਨੂੰ ਜੁੱਤੀਆਂ ਪੈਂਦੀਆਂ ਨੇ, ਬੇਇੱਜ਼ਤੀ ਹੁੰਦੀ ਆ, ਪਰ ਜੇ ਇਹਨਾਂ ਨੂੰ ਕਹੀਏ ਵੀ ਖਾਲਿਸਤਾਨ ਜਾਂਦੀ ਪੁੱਠੇ ਪਾਸੇ ਹੋ ਜਾਣਗੇ, ਨਹੀਂ ਜੀ। ਸਾਰੇ ਭਾਰਤ ਵਿੱਚ ਸਿੱਖਾਂ ਦੇ ਉੱਤੇ ਜਦੋਂ ਵੀ ਜ਼ੁਲਮ ਹੁੰਦਾ, ਜਬਰ ਹੁੰਦਾ, ਤੇ ਉਦੋਂ ਚੀਕ ਝਿਹਾੜਾ ਜਿਹਾ ਪੈਂਦਾ, ਪਰ ਬਾਅਦ ਚ ਇਹਨਾਂ ਨੂੰ ਪੁੱਛੋ ਜਾ ਕੇ ਵੀ ਹਾਂ ਭਾਈ ਆਪਾਂ ਖਾਲਿਸਤਾਨ ਦੀ ਗੱਲ, ਨਹੀਂ ਜੀ, ਰਹਿਣਾ ਅਸੀਂ ਭਾਰਤ ਚ ਹੀ ਆ, ਅਸੀਂ ਆਸ ਲਾ ਕੇ ਬੈਠੇ ਰਹਿੰਦੇ ਆ ਵੀ ਹੋ ਸਕਦਾ ਕਦੇ ਜ਼ਮੀਰ ਜਾਗੇ, ਕਦੇ ਕੋਈ ਇਹੋ ਜਿਹੀ ਗੱਲ ਹੋ ਜਾਵੇ ਜਿਹਦੇ ਨਾਲ ਕੌਮ ਦੇ ਅੰਦਰ ਇਸ ਗੱਲ ਦਾ ਅਹਿਸਾਸ ਹੋਵੇ ਕਿ ਇਹ ਮੀਡੀਆ ਸਾਨੂੰ ਗੁੰਮਰਾਹ ਕਰਦਾ। ਸੋ ਇਹ ਮੁਲਕ ਜਿਹੜਾ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਕੇ ਇਹਦਾ ਬ੍ਰਾਹਮਣੀਕਰਨ ਕਰਨਾ ਚਾਹੁੰਦਾ, ਸਿੱਖਾਂ ਨੂੰ ਘੜੇ ਦੀ ਮੱਛੀ ਬਣਾ ਕੇ ਖਤਮ ਕਰਨਾ ਚਾਹੁੰਦਾ, ਇਸ ਮੁਲਕ ਦੇ ਇਸ ਸਿਸਟਮ ਦੇ ਸਾਰੇ ਪੱਖਾਂ ਬਾਰੇ ਸਾਨੂੰ ਹਮੇਸ਼ਾ ਸੁਚੇਤ ਰਹਿਣ ਦੀ ਲੋੜ ਹੈ। ਤੋ ਭਾਰਤੀ ਮੀਡੀਆ ਦੇ ਅਟੈਕ ਆ ਜਿਹੜੇ ਭਾਰਤੀ ਮੀਡੀਆ ਰਾਹੀਂ ਹੱਲੇ ਕੀਤੇ ਜਾਂਦੇ ਆ, ਉਹਦੇ ਬਾਰੇ ਸਾਡੇ ਮਨ ਦੇ ਵਿੱਚ, ਦਿਮਾਗ ਦੇ ਵਿੱਚ ਹਰ ਵੇਲੇ ਇਹ ਗੱਲ ਹੋਣੀ ਚਾਹੀਦੀ ਹੈ ਕਿ ਐਵੇਂ ਇਹ ਗੱਲ ਕਹਿੰਦੇ ਰਹਿਣਾ ਕਿ ਜੀ ਅਖਬਾਰ ਤੇ ਆਇਆ, ਮੈਂ ਟੈਲੀਵਿਜ਼ਨ ਤੇ ਦੇਖਿਆ, ਇਹ ਜਿਹੜੀ ਗੱਲ ਦਿਖਾਉਣ ਵਾਲੀ ਹੁੰਦੀ ਆ ਉਹਨੂੰ ਦਿਖਾਉਂਦੇ ਨਹੀਂ, ਜਾਂ ਇਉਂ ਦਿਖਾਉਂਦੇ ਆ ਕਿ ਉਹ ਪੁੱਠੇ ਪਾਸਿਓਂ, ਤੇ ਦੂਜੀ ਜਿਹੜੀ ਗੱਲ ਆ ਜਿਹੜੀ ਸਾਡੇ ਖਿਲਾਫ ਜਾਵੇ, ਜਿਹੜੀ ਸਾਨੂੰ ਸਾਡੀ ਹੀ ਕੌਮ ਦੇ ਖਿਲਾਫ ਭੁਗਤਾਵੇ, ਉਹਨੂੰ ਬੜੇ ਚਾਅ ਨਾਲ ਦਿਖਾਉਂਦੇ ਆ। ਸੋ ਜਿਵੇਂ ਤਾਲਿਬਾਨਾਂ ਦੇ ਬਾਰੇ ਭੰਡੀ ਪ੍ਰਚਾਰ ਹੋ ਰਿਹਾ, ਉਵੇਂ ਕਿਸੇ ਵੇਲੇ ਆਰੀਅਨ ਨਸਲ ਨੇ ਪ੍ਰਾਤਨ ਹਿੰਦੂ ਗ੍ਰੰਥਾਂ ਦੇ ਵਿੱਚ ਭਾਰਤ ਦੇ ਅਸਲ ਵਾਸੀਆਂ ਦੇ ਖਿਲਾਫ ਲਿਖਤਾਂ ਲਿਖੀਆਂ ਨੇ, ਤੇ ਉਹੀ ਕੁਛ ਸਾਡੀ ਕੌਮ ਬਾਰੇ ਹੁੰਦਾ ਰਿਹਾ, ਜਿਹੜੇ ਆ ਖਾੜਕੂਆਂ ਨੂੰ ਭੰਡਿਆ ਗਿਆ, ਖਾਲਿਸਤਾਨੀਆਂ ਨੂੰ ਭੰਡਿਆ ਗਿਆ, ਬਾਬਾ ਜਰਨੈਲ ਸਿੰਘ ਨੂੰ ਜਾਂ ਹੋਰਾਂ ਨੂੰ, ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਹਾਲ ਰਹਿਣਾ। ਇਹ ਜਿਹੜੀ ਤਾਲਿਬਾਨਾਂ ਵਾਲੀ ਗੱਲ ਆ, ਇਹ ਤੋਂ ਹੀ ਸਿੱਖ ਲਓ ਕਿ ਜੇ ਉਹਨਾਂ ਨੂੰ ਉੱਥੇ ਦਾ ਪਤਾ ਨਹੀਂ ਹੁੰਦਾ, ਲੋਕ ਮਖੌਲਾ ਕਰਦੇ ਆ ਉੱਥੇ, ਕਹਿੰਦੇ ਵੀ ਤਾਲਿਬਾਨ ਵੀ ਕਹਿੰਦੇ, ਹੁਣ ਤਾਂ ਇਹ ਕਹਿੰਦੇ ਜੇ ਤਾਲਿਬਾਨਾਂ ਨੂੰ ਕੋਈ ਪੁੱਛਦਾ ਨਾ ਵੀ ਤੁਹਾਡਾ ਅਗਲਾ ਕਦਮ ਕੀ ਹੋਊਗਾ, ਕਹਿੰਦੇ ਭਾਰਤ ਦੇ ਚੈਨਲਾਂ ਨੂੰ ਜ਼ਿਆਦਾ ਪਤਾ ਹੁੰਦਾ ਸਾਡੇ ਨਾਲੋਂ, ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਸਾਡਾ ਅਗਲਾ ਕਦਮ ਕੀ ਹੋਊਗਾ, ਸਾਨੂੰ ਤਾਂ ਪਤਾ ਨਹੀਂ ਹੁੰਦਾ, ਜਾਂ ਉਹੀ ਦੱਸਦੇ ਆ ਵੀ ਹੁਣ ਜਹਿ ਕਰਨਗੇ, ਹੁਣ ਬਹੁਤ ਕਰਨਗੇ, ਹੁਣ ਆਹ ਕਰਨਗੇ, ਹੁਣ ਉਹ ਕਰਨਗੇ। ਸੋ ਇਸ ਤਰੀਕੇ ਦੇ ਇਹ ਲੋਕ ਨੇ, ਝੂਠ ਤੂਫਾਨ ਨਿੱਤ ਬੋਲਦੇ ਆ, ਲੋਕਾਂ ਨੂੰ ਗੁਮਰਾਹ ਕਰਦੇ ਆ, ਧਨ ਦਾ ਇਹ ਮੁਲਕ ਆ, ਧਨ ਦੇ ਉਹ ਲੋਕ ਨੇ ਜਿਹੜੇ ਇਹਨਾਂ ਝੂਠ ਫੈਲਾਉਣ ਵਾਲੇ ਲੋਕਾਂ ਨੂੰ ਸੱਚੇ ਮੰਨ ਕੇ ਇਹਨਾਂ ਦੇ ਮਗਰ ਲੱਗੇ ਹੋਏ ਨੇ। ਪਰ ਮੈਂ ਆਪਦੀ ਕੌਮ ਨੂੰ ਜ਼ਰੂਰ ਬੇਨਤੀ ਕਰਦਾ ਕਿ ਅੱਖਾਂ ਖੋਲ ਕੇ ਰੱਖਿਆ ਕਰੋ, ਇਸ ਮੀਡੀਆ ਦੇ ਮਗਰ ਲੱਗ ਕੇ ਆਪਦੀ ਕੌਮ ਦੇ ਹਿੱਤਾਂ ਦੇ ਉਲਟ ਭੁਗਤਣ ਤੋਂ ਬਚੋ। ਸੋ ਅੱਜ ਲਈ ਇੰਨੇ ਕਾਫੀ ਹੈ, ਫਿਰ ਮਿਲਾਂਗੇ ਜੀ।
नानक नाम चढ़दी कला तेरे भाणे सरबत दा भला। वाहिगुरु जी का खालसा, वाहिगुरु जी की फतह।